हाँ जी, सत श्री अकाल जी। स्वागत है एक होर नवी वीडियो दे विच। अज आपां चले आ राजा साहब, एक तां मत्था टेकण, एक पौने आ पटाके लैणे आ, सॉरी दिवाली दे लई। कलू हैगी आ दिवाली, अज किन्नी तरीक आ? अज है 11। 11 तरीक आ, 12 तरीक दी जिद्दां सारिआं नूं पता कि दिवाली आ। नाल हैगा वा MP, TP ते HS हरजोत सिंह, तनवीरपाल सिंह ते मनिंदरपाल सिंह। पहला तो जावांगे आपां राजा साहब मत्था टेकना आउण लगे, तुहानूं दर्शन करावांगे नाल दी नाल मढाली शरीफ। ते कहिंदे बहुत सस्ते फैक्टरी रेटां दे उत्ते पटाके मिलदे आ, उह वी आउण लगे देखदे आं आपां, थोड़ा बहुत जिन्ना वी होया लवांगे, 5-7 लख। किन्ने कदे लैणे पटाके फिर? आपां लै लैणे 8-9 हज़ार, 10 हज़ार। मैं एक पता नहीं की रौला वा, कहिंदे चैकिंग भी चलदी पई आ गड्डियां दी कि पटाके नहीं चलाने आ। ਉਹਦੇ ਨਾਲ ਦੀ ਨਾਲ ਇਹਨਾਂ ਨੇ ਆਪ ਹੀ ਲਾਇਸੈਂਸ ਵੀ ਜਾਰੀ ਕੀਤੇ ਹੋਏ ਆ। ਪਤਾ ਨਹੀਂ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ, ਜੇ ਬੈਨ ਆ ਤਾਂ ਫਿਰ ਸੌਰੀ ਆ ਵਜਾਉਣ ਲਈ, ਜੇ ਠੀਕ ਆ ਤਾਂ ਫਿਰ ਠੀਕ ਆ। ਗੱਲਬਾਤ ਆ, ਗੱਲਬਾਤ ਚੈੱਕ ਕੀਤੀ? ਗੱਲਬਾਤ ਕਿਤੇ ਵੀ ਲੰਘਣਾ ਟੋਲ ਪਲਾਜ਼ੇ ਤੇ ਚੜਾ ਸਾਹਿਬ ਦਾ ਨਾਂ ਲੈ ਦਿਓ। ਲਓ ਜੀ, ਰਾਜਾ ਸਾਹਿਬ ਟੇਕ ਲਿਆ ਮੱਥਾ ਆਪਾਂ, ਅਤੇ ਹੁਣ ਗੱਡੀ ਪਾ ਲਈ ਆ ਸਿੱਧਾ ਮੰਡਾਲੀ ਵੱਲੋਂ। ਇੱਧਰ ਤਾਂ ਖੁੱਲ੍ਹੇ ਦਰਸ਼ਨ ਹੋਏ, ਦਿਵਾਲੀ ਕਰਕੇ ਲੱਗਦਾ ਸੀਗਾ ਥੋੜ੍ਹਾ ਜਿਹਾ ਰਸ਼ ਹੋਊਗਾ, ਪਰ ਉਨਾ ਰਸ਼ ਨਹੀਂ ਮਿਲਿਆ, ਫਿਰ ਵੀ ਠੀਕ ਆ, ਖੁੱਲ੍ਹੇ ਦਰਸ਼ਨ ਹੋ ਗਏ। ਹੁਣ ਮਿਲਦੇ ਹਾਂ ਆਪਾਂ ਮੰਡਾਲੀ ਸ਼ਰੀਫ। ਇੱਥੇ ਮਿਲਦੇ ਕਹਿੰਦੇ ਹੋਲਸੇਲ ਰੇਟਾਂ ਦੇ ਉੱਤੇ ਪਟਾਕੇ, ਬਾਕੀ ਦੇਖਦੇ ਅੰਦਰ ਜਾ ਕੇ ਕੰਪੇਅਰ ਕਰਕੇ ਕੀ ਹਿਸਾਬ ਕਿਤਾਬ ਆ। 20 ਮਿੰਟ ਵੇਟ ਕਰਨਾ ਪੈਣਾ, ਬੰਦੇ ਜ਼ਿਆਦਾ ਆ ਨਾ ਅੰਦਰ? 1500 ਬੰਦਾ ਭਾਈ ਸਾਹਿਬ, ਕੁਝ ਜ਼ਿਆਦਾ ਨਹੀਂ ਹੋ ਗਿਆ ਜੀ? ਮਤਲਬ ਕੁਝ ਵੀ ਆ, ਦੋਨਾਂ ਨੇ ਇੱਦਾਂ ਇੱਦਾਂ ਚੱਕਿਆ ਸ਼ਾਬਾ, ਜਿੱਦਾਂ ਲੰਗਰ ਨਹੀਂ ਵਰਤਾਉਣ ਲੱਗੇ ਹੁੰਦੇ। ਓਏ ਨਾਲ ਤਾਂ ਹੀ ਲੈ ਕੇ ਆਏ ਆਪਾਂ, ਭਾਰਾ ਸਮਾਨ ਵੀ ਬੜਾ ਭਾਰਾ ਰੱਖਿਆ ਵਿੱਚ। ਨਹੀਂ ਨਹੀਂ, ਇਹ ਲੈਣਾ ਪਹਿਲਾਂ ਉਹ ਸਕਰੀਨਸ਼ਾਟ, ਸੂਰਜਸ ਭਾਈ ਸਕਰੀਨਸ਼ਾਟ ਵੀ ਲੈਣੇ ਆ ਆਪਾਂ। ਸਕਰੀਨਸ਼ਾਟ ਕਿਹੜੇ ਹੁੰਦੇ? ਉਹ ਭਾਈ ਜਿਹੜੇ ਸਕਰੀਨਸ਼ਾਟ ਉੱਪਰ ਜਾ ਕੇ ਸਮਾਨ ਚ ਖਿਲਰਦੇ ਆ। ਸਕਰੀਨਸ਼ਾਟ ਵੀਡੀਓ ਚੋਂ ਲੈ ਲੈਣੇ ਜਿਹਨੇ ਲੈਣੇ, ਕੋਈ ਨਹੀਂ ਸਕਾਈ ਸ਼ਾਟ। ਮੇਰੀ ਗੱਲ ਸੁਣੋ, ਪਟਾਕੇ ਪਹਿਲਾਂ ਚਲਾ ਕੇ ਚੈੱਕ ਕਰ ਲਓ, ਬਾਅਦ ਦੇ ਵਿੱਚ ਖਰਾਬ ਨਾ ਨਿਕਲਣ। ਕੱਲ ਮੀਂਹ ਵੀ ਪਿਆ ਆ, ਰਿਮਝਿਮ ਵੀ ਪਈ ਆ ਇੱਥੇ ਰਿਮਝਿਮ। ਓਏ ਆਹ ਕਿਹੜੀਆਂ ਕੁੜੀਆਂ ਦੀ ਫੋਟੋ ਲਾਤੀ ਉੱਤੇ, ਅਸ਼ਲੀਲ ਹੈ ਜੇ ਲੌਂਡਾ। ਲੈਣਾ ਰੋਡਸ ਦੀ ਤਾਂ ਨਹੀਂ ਲਾਤੀ? ਲੈਣਾ ਰੋਡਸ ਪਟਾਕਾ ਵੀ ਮਿਲ ਸਕਦਾ ਇੱਥੇ ਜੇ ਕਹਿੰਦੇ ਲੈਣਾ ਤਾਂ। ਓਏ ਨਿਮਰਤ ਖਹਿਰਾ ਵੀ ਹੈਗੀ ਆ? ਹਾਂ ਦੇ, ਆਏ ਨੀ ਨਿੰਮੋ ਵੀ ਪਹੁੰਚੀ ਹੋਈ ਆ, ਕਹਿੰਦੇ ਨਿੰਮੋ ਵੀ ਆ ਗਈ ਆ। ਨਿੰਮੋ ਬਹੁਤ ਟੌਪ ਦੇ ਜੱਫੇ ਲਾਉਂਦੀ ਆ, ਨਿੰਮੋ ਵੀ ਪਹੁੰਚ ਚੁੱਕੀ ਆ। ਰਿਮਝਿਮ ਰਿਮਝਿਮ ਪੈਂਦੀਆਂ ਕਣੀਆਂ, ਸੱਜਣਾ ਜਾਨ ਮੇਰੀ ਤੇ ਬਣੀਆਂ, ਸੱਜਣਾ ਜਾਨ ਮੇਰੀ ਤੇ ਬਣੀਆਂ, ਮੁੜ ਮੁੜ ਬੱਦਲ ਗੱਜਦਾ। ਆ ਜਾ ਵੀ ਮੇਰਾ ਦਿਲ ਨਹੀਂ ਉਹ ਲੱਗਦਾ, ਆ ਜਾ ਵੀ ਮੇਰਾ ਦਿਲ ਨਹੀਂ ਉਹ ਲੱਗਦਾ। ਬਹੁਤ ਸਾਰਾ ਮਾਨ ਦੁੱਲਾ ਸਾਹਿਬ ਦੇ ਭਰਾਵਾਂ ਵੱਲੋਂ। ਯਾਰ ਇੱਥੇ ਪਰਨੀਤੀ ਚੋਪੜਾ ਵੀ ਪਹੁੰਚ ਚੁੱਕੀ ਆ, ਸਾਰੇ ਐਕਟਰ ਹੀ ਪਹੁੰਚੇ ਹੋ ਇੱਥੇ। ਆ ਮੈਨੂੰ ਚੀਮਾ ਲੱਗੀ ਜਾਂਦਾ। ਰੋਕਟ ਹੈ, ਪਾ ਲਓ ਪਾ ਲਓ ਪਾ ਲਓ ਪਾ ਲਓ ਪਾ ਲਓ। ਹਾਂ ਕਿਹੜੇ ਆ ਲੈਣੇ ਆ? ਮੈਂ ਤੁਹਾਨੂੰ ਦੱਸਦਾ, ਇੱਕ ਫਲੇਵਰ ਵਨੀਲਾ ਫਲੇਵਰ ਹੈ, ਪੁੱਛ ਭਾਈ ਨੂੰ ਵਨੀਲਾ ਫਲੇਵਰ ਹੈਗਾ। ਸਟ੍ਰੋਬੇਰੀ ਨਹੀਂ ਲੈਣਾ, ਵਨੀਲਾ ਲੈ ਲਓ। ਮੇਰੀ ਗੱਲ ਸੁਣੋ, ਵਿੱਚ ਛੋਟੇ ਪਟਾਕੇ ਵੀ ਲੈ ਲਓ, ਇਹ ਤਾਂ ਦਬਾ ਦਬ ਮੁੱਕ ਜਾਣੇ ਆ। ਥੋੜੇ ਜਿਹੇ ਲਓ ਤੇ ਦੜ 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 ਜਿਹੜੇ ਚੱਲਦੇ ਰਹਿਣ। ਹਾਂ ਆਲੂ ਬੰਬ ਤੇ ਉਹ ਜਿਹੜਾ ਖਿੱਲਰਨੇ ਵਾਲੇ ਲਓ, ਜਿਹੜੀ ਘਰੋਂ ਗਾਲਾਂ ਵੀ ਪੈਣੀਆਂ ਚਾਹੀਦੀਆਂ ਵਾ ਪਟਾਕੇ ਚੱਲੇ ਤਾਂ।
ਘਰੇ ਤਾਂ ਚਲਾਣੇ ਨਹੀਂ ਆਪਾਂ ਤਾਂ ਗਲੀ 'ਚ ਚਲਾਉਂਦੇ ਹੁੰਦੇ ਉੱਦਾਂ ਆਪਣੇ ਮੈਦਾਨ ਹੈਗਾ ਭਾਜੀ ਹਾਂ ਆਪਣੇ ਕੋਲ ਪੱਧਰਾ ਮੈਦਾਨ ਹੈਗਾ ਉੱਥੇ ਹੀ ਚੱਲਣਗੇ ਪਾਕੇ ਬਹਿਣਗੇ ਕਹਿੰਦੇ ਖੁੱਲ੍ਹੇ ਬਹੁਤ ਸਾਰੇ ਲੋਕ ਇਕੱਠੇ ਹੋਏ ਆ ਪੈਸੇ ਨੂੰ ਅੱਗ ਲਾਉਣ ਨੂੰ 1500 ਹਾਈਡਰਾ ਕਿਹੜਾ ਆ ਇਹ ਧਮਾਕਾ ਨਾ ਵੱਡਾ ਇਹ ਹਾਂ ਆਲੂ ਲੈ ਲਾ ਇੱਕ ਪੂਰਾ ਹੀ ਲੈ ਲਾ ਪੂਰਾ ਚੱਕ ਲਾ ਹਾਂ ਚਾਰ ਕੁ ਚੱਕ ਲਾ 50 ਰੁਪਈਏ ਦਾ ਇੱਕ ਵਾ ਅੱਛਾ ਇੱਧਰਲੇ ਪਾਸੇ ਨਾ ਅਸਤਵਾਜੀਆਂ ਹੁੰਦੀਆਂ ਆਹ ਸਾਈਡ ਜਿਹੜੇ ਵੱਡੇ ਪਟਾਕੇ ਆ ਨਾ ਉਹ ਇੱਧਰਲੀ ਸਾਈਡ ਪਾਏ ਜਾਂਦੇ ਆ ਕਿੰਨੇ ਦਾ 240 ਸ਼ਾਟ 3500 ਦਾ ਇਟਸ ਪ੍ਰੀਟੀ ਐਕਸਪੈਂਸਿਵ ਓਵਰ ਹੇਅਰ ਸਕਾਈ ਸ਼ਾਟ ਜਿਹੜੇ ਉਹ ਦੂਜੇ ਆ ਨਾ ਬਰੀਕ ਵਾਲੇ ਹਾਂ ਉਹ ਚੱਕ ਲਓ 2-3 ਬੈਗ ਇਹ ਕੀ ਚੀਜ਼ ਆ ਇਹ ਕਿੰਨੇ ਦਾ ਵਾ ਯਾਰ ਪੈਸੇ ਨਹੀਂ ਲਿਖੇ ਉੱਤੇ ਜਿਹੜਾ ਆਪਣੇ ਆਹੋ ਲੜੀ ਨੀ ਹੁੰਦੀ ਬਿਛਾਣੇ ਜੇ ਵਾਲੀ ਉਹ ਠੀਕ ਆ ਇੱਕ ਅੱਧੀ ਹੋਰ ਲੈ ਲਓ ਭਾਵੇਂ ਉਹ ਕਿੰਨੇ ਸ਼ਾਟ ਵਾਲਾ ਉਹ ਦੇਖਦੇ ਆ ਪੁੱਛੀਏ ਕਿਹੜਾ ਕਿੰਨੇ ਦਾ ਆਹ ਦੇਖੋ 4000 ਦਾ ਆ ਸ਼ਾਰਟ ਵਾਲੇ ਲੈਣਾ ਭਾਜੀ ਕਿੰਨੇ ਬੜੇ ਸ਼ਾਰਟ 32000 ਲਿਖਿਆ ਇੱਥੇ 75 ਸ਼ਾਰਟ ਜਿਹੜਾ ਵੈਡੀ ਲਾਲ ਦਾ ਆ ਉਹ ਕਿੰਨੇ ਦਾ ਵਾ 13 ਦਾ 1300 ਦਾ ਜਿਹੜਾ ਇੱਥੇ ਹੈਗਾ ਵਾ ਬਾਕੀ ਬਹੁਤ ਹੀ ਉੱਪਰਲੇ ਲੈਵਲ ਵਾਲੇ ਪਟਾਕੇ ਵੀ ਇੱਥੇ ਦੇਖਣ ਨੂੰ ਮਿਲ ਜਾਣੇ ਆ ਬਹੁਤ ਜ਼ਿਆਦਾ ਸ਼ਾਰਟ ਉਹ ਇੱਕ 10000 ਜਿਹੜੇ ਇਕੱਠੇ ਪਟਾਕੇ ਆ ਉਹ ਵੀ ਹੈਗੇ ਆ ਇੱਥੇ ਲੜੀ ਜਿਹੜੀ ਹੁੰਦੀ ਆ ਉਸ ਤੋਂ ਬਾਅਦ ਇਕੱਠੇ ਜਿਹੜੇ ਕਿੰਨੇ ਬੜੇ ਸ਼ਾਰਟ ਆ 200 ਸ਼ਾਰਟ 250 ਸ਼ਾਰਟ 300 ਸ਼ਾਰਟ ਉਹ ਵੀ ਹੈਗੇ ਆ ਇੱਥੇ ਪਟਾਕੇ ਵੈਡੀ ਲਾਲ ਦੇ ਵੀ ਪਟਾਕੇ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਇੱਥੇ ਤੇ ਥੋੜ੍ਹੀ ਸਸਤੀ ਰੇਂਜ ਵਾਲੇ ਵੀ ਹੈਗੇ 1000 ਤੇ 60 ਸ਼ਾਟ ਇੱਕ ਲੈ ਲਓ ਚਲੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਇੱਥੋਂ ਲਾਈਨ ਸ਼ੁਰੂ ਹੁੰਦੀ ਆ ਬਿਲਿੰਗ ਕਾਊਂਟਰ ਦੀ ਅੱਗੇ ਤੱਕ ਬਸ ਪੀਪਲਾਂ ਹੀ ਪੀਪਲਾਂ ਸੋ ਮੱਚ ਪੀਪਲਾਂ ਆ ਜਿੱਦਾਂ ਇੱਥੇ ਪੀਪਲਾਂ ਹੀ ਪੀਪਲਾਂ ਦੇਖਣ ਨੂੰ ਮਿਲ ਜਾਣੀਆਂ ਤੁਹਾਨੂੰ ਇੱਥੇ ਦੋ ਲਾਈਨਾਂ ਵਾਂ ਇੱਕ ਕਾਊਂਟਰ ਇੱਧਰ ਲੱਗਾ ਹੋਇਆ ਇੱਕ ਪਰਲੀ ਸਾਈਡ ਲੱਗਾ ਹੋਇਆ ਫਿਰ ਵੀ ਮੈਨੇਜ ਨਹੀਂ ਹੋ ਰਿਹਾ ਰਸ਼ ਇਹਨਾਂ ਕੋਲ ਇੱਕ ਚੱਕਰ ਇਹ ਵੀ ਆ ਕਿ ਕੱਲ੍ਹ ਦੀਵਾਲੀ ਆ ਆਪਾਂ ਇੱਕ ਅੱਧਾ ਦਿਨ ਪਹਿਲਾਂ ਆ ਜਾਂਦੇ ਨਾ ਸ਼ਾਇਦ ਇੰਨਾ ਰਸ਼ ਨਾ ਹੁੰਦਾ ਆ ਕੀ ਆ ਬਿਸਕੁਟ ਬਿਸਕੁਟ ਪਏ ਆ ਬਿਸਕੁਟ ਪਏ ਕਿਤੇ ਲੋਹੜੀ ਨਹੀਂ ਆ ਭਰਾ ਦੀਵਾਲੀ ਆ ਆਹ ਵੀ ਚੱਕੋ ਯਾਰ ਆਹ ਵੀ ਚੱਕੋ ਆਹ ਵਧੀਆ ਚੀਜ਼ ਆ ਪਿਛਲੇ ਸਾਲ ਭਾਜੀ ਅਨਾਰ ਚਲਾਣ ਲੱਗਾ ਅਨਾਰ ਫਟ ਗਿਆ ਸੀਗਾ ਸਹੀ ਗੱਲ ਆ ਉਸ ਤੋਂ ਬਾਅਦ ਹੀ ਸੱਟ ਲੱਗੀ ਸਾਰੇ ਜਣੇ ਲਿਖ ਲਓ ਇਹ ਕਾਪੀ ਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਅੱਧਾ ਕਮਰਾ ਲੈ ਲਓ ਨੇੜੇ ਤੇੜੇ ਆਪਾਂ ਉਨੀ ਦੇਰ ਰੈਸਟ ਕਰ ਲੈਂਦੇ ਹਾਂ ਤੁਸੀਂ ਜਦ ਤੱਕ ਬਿੱਲ ਕਰਾਓ ਆਪਾਂ ਸੌ ਲਈਏ ਠੀਕ ਆ ਹੋਰ ਬਿਜਲੀ ਹੈਗੇ ਚੱਕਦੇ ਸਾਰੇ ਬਿਜਲੀ ਹੋਊਗੀ ਤਾਂ ਲੜੀਆਂ ਜਗਾਵਾਂਗੇ ਐਮਪੀ ਰੁਕ ਜਾ ਕਮੇਟੀ ਚੱਕ ਲੈਂਦੇ ਫਿਰ ਲੈ ਜਾਂਦੇ ਕੋਈ ਨੀ ਕੱਲ ਨੂੰ ਬੋਲੀ ਆ ਜੇ ਚੱਕ ਲਈ ਨਾ ਕਮੇਟੀ ਪੱਕਾ ਪਟਾਕਾ ਲੈ ਜਾਣਾ ਇਹ ਆਪਾਂ ਭਾਜੀ ਕਿੱਦਾਂ ਦਾ ਐਕਸਪੀਰੀਅੰਸ ਲੱਗਾ ਤੁਹਾਨੂੰ ਇੱਥੇ ਬਹੁਤ ਵਧੀਆ ਭਾਈ ਆਪਾਂ ਨੂੰ ਰੇਟ ਕਿੱਦਾਂ ਦਾ ਇੱਥੇ ਰੇਟ ਵਧੀਆ ਭਾਈ ਰੇਟ ਕਿੰਨਾ ਜਾਇਜ਼ ਆ ਬਾਕੀ ਜਾਇਜ਼ ਆ ਹੋਲਸੇਲ ਰੇਟ ਕਿੱਦਾਂ ਹੈਗਾ ਜੀ ਆਪਾਂ ਨੂੰ ਹੋਲਸੇਲ ਲਿਖਿਆ ਹੀ ਆ ਕਿ ਵਾਕਈ ਦੇ ਵਿੱਚ ਹੋਲਸੇਲ ਰੇਟ ਇੱਥੇ ਪਾਇਆ ਜਾਂਦਾ ਨਹੀਂ ਵੈਸੇ ਹੈਗਾ ਉਹਦਾ ਫਰਕ ਹੈਗਾ ਠੀਕ ਆ ਭਾਈ ਤੁਸੀਂ ਕਿੰਨੇ ਪਟਾਕੇ ਲਏ ਅਸੀਂ ਲੈ ਗਏ ਸੀ ਤਾਂ ਪਹਿਲਾਂ ਵੀ 8-10 ਹਜ਼ਾਰ ਦੇ ਇਹ ਦੱਸ ਦਵਾਂ ਮੈਂ ਜਿਹੜਾ ਫਗਵਾੜਾ ਰੋਡ ਆ ਨਾ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਫਗਵਾੜੇ ਵਾਲੇ ਰੋਡ ਦੇ ਉੱਤੇ ਪੈਂਦੇ ਆ ਲੁਧਿਆਣੇ ਵੱਲ ਵੀ ਜਾਂਦਾ ਉਹ ਰੋਡ ਦੇ ਉੱਤੇ ਇਹ ਫਿੱਟ ਕਰੀ ਆ
ਹੋਰ ਦੀਵੇ ਆਈ ਜਾਂਦੇ ਆ ਮਤਲਬ ਦੀਵੇ ਦੀਆਂ ਦੁਕਾਨਾਂ ਬਹੁਤ ਕਮੇਟੀ ਭਾਵੇਂ 20,000 ਘਾਟੇ ਚੱਕੀ ਪਟਾਕੇ ਪੂਰੇ ਚਲਾਉਣੇ ਮੁੰਡੇ ਕਹਿੰਦੇ ਪਟਾਕੇ ਪਲੀਜ਼ ਸੱਜਣ ਮਿੱਤਰ ਪਿਆਰੇ ਪਹੁੰਚ ਚੁੱਕੇ ਆ ਬਹੁਤ ਸਾਰਾ ਮਾਨ ਦੁੱਲਾ ਸਾਹਿਬ ਦੇ ਭਰਾਵਾਂ ਵੱਲੋਂ ਆਹ ਪਟਾਕਾ ਲਿਆ ਤਾਂ ਲਈਏ ਪਰ ਚੱਕ ਨਹੀਂ ਹੋਣਾ ਚਾਰਾਂ ਤੋਂ ਮਿਲ ਕੇ 56,000 ਦਾ ਬਾਬਾ ਲੈਣ ਨੂੰ ਤਾਂ ਲੈ ਸਕਦੇ ਪਰ 55,900 ਰੁਪਇਆ ਘੱਟਦਾ ਸਾਡੇ ਕੋਲ ਸਾਰੇ ਜਣੇ ਆ ਜਾਓ ਹੈਲੋ ਕਰ ਦੋ ਹੈਲੋ ਕਰ ਦੋ ਸ਼ੱਕਰ ਪਾਇਰ ਕਰ ਦਿਓ ਲੋਕੀ ਲੜਨਗੇ ਗਵਾਂਢੀ ਸੜਨਗੇ ਬਿੱਲ ਕਰਾ ਕੇ ਨਾ ਉੱਧਰ ਲੱਗੀ ਗੱਡੀ ਉੱਧਰ ਰੱਖ ਘਰੇ ਪਹੁੰਚਾ ਦਾਂਗੇ ਕੋਈ ਨੀ ਜਿਹਨੂੰ ਦੇਖੋ ਉਹਨਾਂ ਦੇ ਘਰੇ ਵਿਆਹ ਆ ਬਹੁਤ ਜ਼ਿਆਦਾ ਵਿਆਹ ਆ ਇਸ ਵਾਰ ਸਾਡੇ ਵਾਲੀ ਪਤਾ ਨੀ ਭਰੂਣ ਹੱਤਿਆ ਚ ਮਾਰਤੀ ਕਿਸੇ ਨੇ ਮੈਨੂੰ ਲੱਗਦਾ ਜਿਹੜੀ ਸਾਰੀ ਲੱਭਦੀ ਨੀ ਯਾਰ ਹੁਣ ਬਾਅਦ ਚੋਂ ਕਰ ਲਈ ਟੱਟੀ ਟੁੱਟੀ ਜਿਹੜੀ ਕਰਨੀ ਆ ਹੁਣ ਨਾ ਵਿੱਚੋਂ ਜਾਈ ਜਲ ਛੱਡ ਕੇ ਲੈਣ ਮਸੀ ਬਾਰੀ ਆਉਣ ਲੱਗੀ ਆ ਹੁਣ ਤੇਰੇ ਵੱਟ ਪੈਣ ਲੱਗ ਗਿਆ ਅਮਨ ਚੱਡਾ ਬਲੌਗ ਸਰਚ ਕਰ ਲਈਓ ਜਿਹਦੇ ਉੱਤੇ 1 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਆ ਨਾ ਉਹ ਆਪਣਾ ਨਹੀਂ ਆ ਆਪਣਾ ਉਹ ਆ ਜਿਹਦੇ ਉੱਤੇ 1,000 ਫੋਲੋਅਰ ਸਬਸਕ੍ਰਾਈਬਰ ਜਿਹੜੇ ਬੰਦੇ ਨੇ ਐਂਡ ਤੋਂ ਲਾਈਨ 'ਚ ਲੱਗਣਾ ਨਾ ਹੁਣ ਉਹਨੂੰ ਜਾ ਕੇ ਕਹਿ ਤੂੰ ਕਿ ਸਵੇਰ ਤੋਂ 20 ਬਦਾਮ ਵੱਧ ਭਿਉਣੇ ਸ਼ੁਰੂ ਕਰ ਦਿਓ ਲੱਗਦਾ ਹੁਣ ਜ਼ੋਰ ਪਰਖਿਆ ਜਾਣਾ ਕਿਉਂਕਿ ਲਾਈਨ ਤੇਰੇ ਪਟਾਕਿਆਂ ਦੀ ਲਾਈਨ ਬੜੀ ਲੰਮੀ ਹੈ ਅਖੀਰ ਵਿੱਚ ਮੇਰੀ ਵਾਰੀ ਹੈ ਪੂਰਾ ਬਲੌਗ ਬਣਾ ਦਿੱਤਾ ਵਾ ਹੁਣ ਡਿਸਕਾਊਂਟ ਕਰ ਦਈਓ ਸਾਨੂੰ ਠੀਕ ਆ ਆਫ ਕਰ ਦਈਓ ਤੇ ਅਮਨ ਚੱਡਾ ਵਲੌਗ ਚੈਨਲ ਤੋਂ ਜੇ ਕੋਈ ਵੀ ਦੇਖ ਕੇ ਆਊਗਾ ਰੈਫਰੈਂਸ ਦਊਗਾ ਤੇ ਉਹਨੂੰ ਵੀ ਸਪੈਸ਼ਲ ਡਿਸਕਾਊਂਟ ਦੇ ਦੇਣਾ ਅਮਨ ਚੱਡਾ ਵਲੌਗਸ ਤੋਂ ਠੀਕ ਆ ਤੇ ਸ਼ੋਪਿੰਗ ਤਾਂ ਕਰ ਲਈ ਆ ਹੁਣ ਆਪਾਂ ਬਾਕੀ ਜੇ ਹੁਣ ਪਟਾਕਿਆਂ ਵਾਲਾ ਵਲੌਗ ਦੇਖਣਾ ਤੁਸੀਂ ਜਿਹਦੇ ਵਿੱਚ ਆਪਾਂ ਪਟਾਕੇ ਚਲਾਉਣੇ ਆ ਉਹ ਇਸ ਤੋਂ ਬਾਅਦ ਅਗਲਾ ਵਲੌਗ ਆਊਗਾ ਉਹ ਵੀ ਦੇਖ ਲਈਓ ਤੇ ਇਹ ਸੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਵੀਡੀਓਜ਼ ਲਈ ਬਣੇ ਰਹੋ ਅਮਨ ਚੱਡਾ ਵਲੌਗਸ 'ਤੇ ਰੱਬ ਰੱਖਾ